اسلام علیکم جی امید کرنا سا اپنے پرا ٹھیک ٹھاک ہو سو بر راضی ہو سو اللہ تعالیٰ نے زمان ہی چوسو میں سو دوست فائت بسب چوسو تکڑے کشمیر رنگ یوٹیوب چینل ایک نئی ویڈیو سے ویلکم کرنے ہیں ٹیم بھیا جی صبح نے 3:54 اساں جائی رہے ایئرپورٹ کی طرف آئیے جا خوشحال بھی شکریہ پا رہے ہیں وہ ریڈی ہونے میں لگے ہوئے اساں نکلنے ایئرپورٹ کی طرف کیا کہ سارے والد صاحب آئے ہیں اٹلی نے وچوں نے کی انے مارے ہیں اج نی ویڈیو کرنے ہیں سٹارٹ تو سن کی پھر خوبصورت جہ نظارے خوبصورت رنگ دسنے ہیں کشمیری رنگ پر جی پیرو نے ہوٹل ہے پیر ستے ہیں پتا نہیں پیرو آئی صحیح ہے وہ پتا نہیں کدو جی وہ غائب ہی ہوئی ہے بس کیا دسی ہے ایئرپورٹ ٹائم تھوڑا سوا چھ نا ٹائم ہے صبح صبح نا سورج نکلنے والا بہت ہی خوبصورت جا موسم ہے خوبصورت جا ماحول ہے پہنچے ہیں جی ایئرپورٹ پر فلائٹ ساری لینڈ ہوئی ہے صحیح ٹائم ہے پہنچے ہیں اصل 4 بجے گھر اٹھ رہے ہیں تو 8:15 فلائٹ ٹائم سی تو لینڈ ہوئی ہے پھر بھی آئی ہے وشال صاحب پہنچی ہے چلے ہیں اندر تم دس رہے ہیں خوبصورت ماحول بہت ہی خوبصورت ویدر ہے ماشاء اللہ پچھلے 2-3 دن برابر بارش رہی ہے ہوں ویدر جرا بہت ہی خوبصورت آئی تم جی لگنی لگی کافی سواد دسنا لا اس ویلے جگہ موجود ہیں بہت سارے رش تک ہی سوچ رہے ہو جی کس طرح نا اتنا زیادہ رش نہیں جرا پہلے دہارے بہت ہی زیادہ رش ہونا سی پر اج وہ رش نہیں جرا پہلے ہونا سی فلائٹ تقریباً لینڈ ہی ہوئی ہے ہمارے گھر انتظار نے بھی تکنے کیا صورت حال بنی ہے بے تو
ਦੇ ਅੱਖੀਆਂ ਨੂੰ ਰੋਣੇ ਦੇ ਗਏ ਹੋਵੇ ਪਰਦੇਸੀਆ ਅੱਖੀਆਂ ਨੂੰ ਰੋਣੇ ਉਹਨੇ ਸਰ ਨਿਕਲਣੇ ਜੀ ਘਰਾਂ ਦੀ ਤਰਫ ਮਾਸ਼ਾਅੱਲਾ ਜੀ ਮੌਸਮ ਹੈ ਬਹੁਤ ਖੂਬਸੂਰਤ ਅੱਗੇ ਤੁਸੀਂ ਦੱਸਿਆ ਅਤੇ ਬਾਰਿਸ਼ ਦੀ ਵਜ੍ਹਾ ਤੋਂ ਕਾਫੀ ਉਹ ਉਲਟ ਨਾ ਬੋਲ ਹੁੰਦਾ ਵਾ ਅਸੀਂ ਪਰ ਹੁਣ ਜਿਹੜਾ ਬਹੁਤ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਕਰ ਕਰ ਧੁੱਪ ਹੈ ਇਹ ਫੀਲਿੰਗ ਹੈ ਨਾ ਜਿਹੜੀ ਫਸਟ ਟਾਈਮ ਉੱਛਣ ਹੋਇਆ ਤੁਸੀਂ ਕੀ ਬਿਹਤਰ ਪਤਾ ਹੋ ਸੀ ਜਿਹੜੇ ਬੰਦੇ ਫਸਟ ਟਾਈਮ ਲੈਂਡ ਹੋਣੇ ਠੀਕ ਹੈ ਫੀਲਿੰਗ ਹੋਣੀ ਹੈ ਹੋਰ ਸਪਾਂਸਰ ਤੋਂ ਦੁਬਾਰਾ ਕੋਈ ਭੇਜਣਾ ਪਿਆ ਸੀ ਆਪ ਕੱਚੇ ਹੋ ਗਏ ਮੈਂ ਸਪਾਂਸਰ ਕੋਈ ਭੇਜਿਆ ਤੁਸੀਂ ਮੈਨੂੰ ਤੁਸੀਂ ਪਤਾ ਕਿ ਜਿਹੜੇ ਬੰਦੇ ਆ ਸਾਨੂੰ ਆਹ ਰੇਡੀ ਵੀਡੀਓ ਤਕਰੇ ਹੋਣੇ ਉਹਨੇ ਤਾਂ ਪਤਾ ਸਰ ਵੀਡੀਓ ਲੰਬੀ ਹੋਣੀ ਹੋਣੀ ਆ ਹੁਣ ਫਿਰ ਖਾਤੇ ਮਕਾਈ ਤਾਂ ਹੁਣ ਘਰ ਜਾਣਾ ਹੋਣੇ ਅਤੇ ਹੁਣ ਕੋਈ ਦੋਸਤ ਲੱਭੀਏ ਆਉਣੇ ਸਰ ਜੁਲੋ 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 ਚਾਚੇ ਤਾਂ ਬਰੇ ਬਣੇ ਲਾਇਨ ਕਿੰਨੀ ਜੁਲਾ ਉਹਨਾਂ ਕਿਹਾ ਪਾਈ ਆ ਹੁਣ ਜੁਲਨੇ ਆ ਤੁਸੀਂ ਦੱਸਣੇ ਆ ਕਿਆ ਮਾਹੌਲ ਦੱਸਣੇ ਆ ਦੇਸੀ ਜਾ ਬਿਸਮਿਲ੍ਲਾ ਜੀ ਆਈਏ ਅਸਾਂ ਘਰ ਜਾ ਪਰ ਆਈਏ ਹਾਂ ਜੀ ਅਸਾਂ ਆਈ ਹਾਂ ਜਾਤਲਾ ਆਪਣੇ ਰਾਜਾ ਨਦੀਮ ਜਾਤੀ ਸਾਹਿਬ ਮੁਲਾਕਾਤ ਕਰਨ ਵਾਲੇ ਹਾਂ ਕਸ਼ਿਆਂ ਨਾਲ ਪ੍ਰੋਗਰਾਮ ਕਰਨਾ ਚਾਹੁੰਦੇ ਸਾਂ ਆਪਣੇ ਬਾਈ ਨਾਲ ਮੁਲਾਕਾਤ ਕਰਦੇ ਜੁਲਨੇ ਹਾਂ ਅਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਡਰਾਈਵਰ ਅੱਛੋ ਅਸਾਂ ਪਹੁੰਚ ਆਇਆ ਹੱਥ ਹੈ ਤਾਂ ਕੋ ਕਿਤਨਾ ਖੂਬਸੂਰਤ ਜਿਹਾ ਬੂਟਾ ਆ ਤਾਂ ਉਹਨਾਂ ਨਾਲ ਮੁਲਾਕਾਤ ਕਰਨ ਵਾਲੇ ਹਾਂ ਚਲੋ ਲੱਭਣ ਤੁਸਾਂ ਕੀ ਦੱਸਣੇ ਆ ਕਿਆ ਸੂਰਤ ਹਾਲ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਜਿਹਾ ਵਿਊ ਹੈ ਖੂਬਸੂਰਤ ਜਿਹਾ ਮਾਹੌਲ ਹੈ ਬੂਟਾ ਬੜਾ ਖੂਬਸੂਰਤ ਲਾ ਜੀ ਮਾਸ਼ਾਅੱਲਾ ਕੁਦਰ ਆਏ ਰਾਇਆ ਸਾਹਿਬ ਨਦੀਮ ਸਾਹਿਬ ਨਾਲ ਮਿਲਣ ਆਏ ਅੱਛਾ ਕੋ ਪ੍ਰੋਗਰਾਮ ਹੋ ਸੀ ਨਹੀਂ ਹਾਂ ਇਨਸ਼ਾਅੱਲਾ ਕੁਛ ਨਹੀਂ ਨੇ ਕਿ ਜੇ ਮਿਲੀ ਹੈ ਤਾਂ ਟ੍ਰਾਈ ਕਰਨੇ ਆ ਮਾਸ਼ਾਅੱਲਾ ਪ੍ਰੋਗਰਾਮ ਦੇ ਬਾਰੇ ਕੋਈ ਦੱਸੋ ਅਸਲਾਮ ਵਾਲੇਕਮ ਜੀ 21 ਤਾਰੀਖ ਮੇਰੇ ਭਰਾ ਨਾਲ ਰਾਜਾ ਸ਼ਹਿਦ ਸਾਹਿਬ ਇਹਨਾਂ ਨੇ ਘਰ ਪ੍ਰੋਗਰਾਮ ਹੈ ਉਮਰ ਪੱਟੀ ਨਾਲ ਮਾੜਾ ਔਰ ਮਾੜੇ ਨਾਲ ਉਮਰ ਪੱਟੀ ਹੋ ਸੀ ਖੁਸ਼ੀ ਦੀ ਮਹਿਫਲ ਹੈ ਅਤੇ ਸਾਰਿਆਂ ਸੰਗੀਆਂ ਦੋਸਤਾਂ ਭਰਾ ਦੀ ਸਾਰਿਆਂ ਦੀ ਦਾਵਤ ਹੈ ਆਓ ਜਨਾਬ ਕੰਡਾ ਥੋੜ੍ਹੀ ਜਿਹੀ ਮਹਿਫਲ ਬਹੁਤ ਬਹੁਤ ਮਿਹਰਬਾਨੀ ਜਨਾਬ ਪ੍ਰੋਗਰਾਮ ਤਾਂ ਸਾਰਾ ਅਲਹਮਦੁਲਿਲਾ ਜੀ ਡਨ ਹੋਈ ਆ ਤਾਂ ਹੁਣ ਨਿਕਲਿਆ ਘਰਾਂ ਦੀ ਤਰਫ ਤਾਂ ਫਿਰ ਉੱਧਰਾਂ ਤੁਸੀਂ ਖੂਬਸੂਰਤ ਜਿਹਾ ਮਾਹੌਲ ਦੱਸਾਂ 21 ਤਾਰੀਖ ਬਰੋਜ਼ ਸੰਡੇ ਇਤਵਾਰ ਗੋਰਾ ਨੇ ਮਕਾਮ ਪ੍ਰੋਗਰਾਮ ਅਸੀਂ ਰਾਜਾ ਨਦੀਮ ਜਾਤਰੀ ਦਾ ਉਮਰ ਪੱਟੀ ਨਾ ਤਾਂ ਇਨਸ਼ਾਅੱਲਾ ਅੱਛਾ ਪ੍ਰੋਗਰਾਮ ਨਹੀਂ ਆ ਰਿਹਾ ਉਸੀ ਵਸ ਲੱਗਦਿਆਂ ਕੋਈ
परदेस नहीं जांदा ओ मेरा चन मजबूरियां हुंदियां ने तू वतन छोड़ के वेखते सी ओ की वतन तू दूरियां होंदियां ने असा किसे दे कुछ ना लग दे असा किसे दे कुछ ना लग दे ना कोई साड़ा दर्दी देसों कड़ के परदेसी कीता वा मौला तेरी मर्जी ओ सुल्तान वतनों दूर
ਇਸ ਬੈਸਨ ਜ਼ਵਾਇ ਸਾਹਿਬ ਕਦੋਂ ਚਾਲੂ ਅਸੀਂ ਲੈ ਜੀ ਤੁਹਾਡੀ ਇਹ ਸਰ ਪਰਸੋਂ ਇਨਸ਼ਾਅੱਲਾ ਸ਼ਾਮ ਲਾ ਸਾਰੀ ਬਣੀ ਕਿਤਨੇ ਆਰਡਰ ਲਗੇ ਹੋ ਤੁਸੀਂ ਇਸ ਲਾ ਕ੍ਰੈਡਿਟ ਆਰਡਰ ਇਸ ਲਾ ਤਰੇ ਲਗੇ ਹੋ ਜੀ ਤਰੇ ਆਰਡਰ ਬਿਜ਼ੀ ਹੋ ਕਾਫੀ ਹੈ ਬਸ ਬਿਜ਼ੀ ਕੋਈ ਬੰਦਾ ਅਗਰ ਲਵਾਣਾ ਚਾਹਨਾ ਲਾਈਟਿੰਗ ਤਾਂ ਉਸਕੀ ਲਾਈਟਿੰਗ ਸਾਲਾ ਬਲਾ ਬੇਸ਼ਮਾਰ ਹੈ ਜੀ ਅੱਲਾਹ ਨੇ ਕਲਰ ਜ਼ਿਆਦਾ ਇਸਾ ਟ੍ਰੈਂਡ ਇਜ ਕਰੇ ਵਾਈਟ ਤਾਂ ਗੋਲਡਨ ਗੋਲਡਨ ਤਾਂ ਜਿਹਨੂੰ ਕੋਈ ਚੇਂਜ ਕਰੋ ਥੋੜੀ ਚੁੱਕਣੇ ਜੀ ਅਗਰ